ਤੁਸੀਂ ਜਦੋਂ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਪੜ੍ਹਦੇ ਹੋ, ਜਾਪ ਸਾਹਿਬ ਪੜ੍ਹਨ ਤੋਂ ਬਾਅਦ ਤੁਸੀਂ ਸਵਈਏ ਪੜ੍ਹਦੇ ਹੋ, ਦਸਮ ਪਾਤਸ਼ਾਹ ਦੀ ਬਾਣੀ। ਉਹਨਾਂ ਸਵਈਆਂ ਦੇ ਵਿੱਚ ਇੱਕ 9 ਨੰਬਰ ਦੇ ਉੱਤੇ ਸਵਈਆ ਆਉਂਦਾ, ਪਾਤਸ਼ਾਹ ਕਹਿੰਦੇ ਨੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ, ਬਕ ਧਿਆਨ ਲਗਾਇਓ। ਕੋਈ ਫਾਇਦਾ ਨਹੀਂ ਬੰਦਿਆ ਬੰਗਲੇ ਵਾਂਗੂੰ ਅੱਖਾਂ ਮੀਟ ਕੇ ਬਹਿਣ ਦਾ। ਉਦਾਹਰਨ ਬੰਗਲੇ ਦੀ ਕਿਉਂ ਦਿੱਤੀ ਆ, ਹੋਰ ਕਿਸੇ ਚੀਜ਼ ਦੀ ਮਹਾਰਾਜ ਦੇ ਦਿੰਦੇ? ਹੁਣ ਬੰਗਲਾ ਤੁਸੀਂ ਕਈ ਵਾਰੀ ਪੈਲੀ ਚ ਵੇਖਿਆ ਹੋਣਾ ਵਾ, ਉਹ ਇੱਕ ਲੱਤ ਚੋਕੇ ਤੇ ਐਨ ਘੰਟਿਆਂ ਬੱਧੀ ਖਲੋਤਾ ਰਹਿੰਦਾ, ਵੇਖਣ ਵਾਲੇ ਨੂੰ ਲੱਗਦਾ ਵੀ ਬੰਗਲਾ ਭਗਤੀ ਕਰਦਾ, ਭਗਤੀ ਨਹੀਂ ਕਰਦਾ, ਉਹ ਧਿਆਨ ਨਾਲ ਇਸ ਕਰਕੇ ਖਲੋਤਾ ਕਿ ਕੋਈ ਡੱਡੀ ਮੱਛੀ ਉਹਦੇ ਪੈਰਾਂ ਦੇ ਲਾਗੇ ਆਵੇ ਤੇ ਚੋਕੇ ਚੁੰਝ ਚ ਪਾ ਲਵੇ। ਸਾਡੀ ਬਹੁਤੀ ਦੁਨੀਆਦਾਰੀ ਦੀ ਭਗਤੀ ਵੀ ਕੁਝ ਇਸੇ ਤਰ੍ਹਾਂ ਦੀ ਹੈ, ਦੁਨੀਆਂ ਨੂੰ ਵਿਖਾਉਣ ਵਾਸਤੇ ਅੱਖਾਂ ਮਿੱਟੀਆਂ ਹੋ ਸਕਦੀਆਂ ਨੇ, ਪਰ ਅੰਦਰੋਂ ਬੰਦਾ ਇਹ ਸੋਚਦਾ ਵੀ ਜਿਹੜਾ ਆਇਆ ਸ਼ਿਕਾਰ ਕਰੀ ਤੁਰੇ ਜਾਣਾ ਵਾ, ਕੋਈ ਗੱਲ ਨਹੀਂ, ਅੱਖਾਂ ਤੇ ਲੋਕਾਂ ਨੂੰ ਦਿਖਣੇ ਡਈਆਂ ਵੀ ਇਹਨੇ ਮੀਟੀਆਂ ਵਾ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਅੱਗੇ ਪਾਤਸ਼ਾਹ ਕਹਿੰਦੇ ਨੇ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ। ਬੰਦਾ ਕਹਿੰਦਾ ਟਰਾਲੀ ਭਰ ਕੇ ਇਸ ਸਥਾਨ ਤੇ ਚਲੇ ਚਲੀਏ, ਟਰੱਕ ਭਰ ਕੇ ਇਸ ਸਥਾਨ ਤੇ ਚਲੇ ਚਲੀਏ, ਉਸ ਸਥਾਨ ਤੇ ਇਸ਼ਨਾਨ ਕਰ ਆਵਾਂ, ਉਸ ਸਥਾਨ ਤੇ ਇਸ਼ਨਾਨ ਕਰ ਆਵਾਂ। ਜਿੰਨਾ ਚਿਰ ਮਨ ਨੂੰ ਇਸ਼ਨਾਨ ਨਾ ਬਾਣੀ ਦੇ ਨਾਲ ਕਰਵਾਇਆ ਤੇ ਤਨ ਧੋਤੇ ਮਨ ਹੱਛਾ ਨਾ ਹੋਵਈ। ਮੈਂ ਨਹੀਂ ਕਹਿੰਦਾ ਬਾਣੀ ਕਹਿੰਦੇ, ਤਨ ਧੋਤੇ ਮਨ ਹੱਛਾ ਨਾ ਹੋਵੇ। ਤਨ ਵੱਖਰੀ ਕੰਡੀਸ਼ਨ ਆ, ਮਨ ਵੱਖਰੀ ਚੀਜ਼ ਆ। ਜਿੱਥੇ ਤਨ ਨੂੰ ਆਪਾਂ ਜਲ ਦੇ ਨਾਲ ਇਸ਼ਨਾਨ ਕਰਾਉਣਾ, ਮਨ ਨੂੰ ਬਾਣੀ ਦੇ ਨਾਲ ਇਸ਼ਨਾਨ ਕਰਵਾਉਣਾ ਸੀ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਇਹਦੇ ਚ ਅਸੀਂ ਆ ਗਏ। ਰਾਗੀ ਢਾਡੀ ਕਵੀਛਰ ਕਥਾ ਵਾਚਕ, ਲੋਕਾਂ ਨੂੰ ਗਿਆਨ ਵੰਡੀ ਤੁਰੇ ਜਾਂਦੇ ਆ, ਵੰਡੀ ਤੁਰੇ ਜਾਂਦੇ ਆ, ਅੰਦਰੋਂ ਆਪ ਸਾਰੇ ਖਾਲੀ ਬੈਠੇ ਆ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਲੋਕਾਂ ਨੂੰ ਗਿਆਨ ਦੀਆਂ ਪੰਡਾਂ ਬੰਨ ਦਿੱਤੀਆਂ ਤੇ ਆਪ ਘਰ ਖਾਲੀ ਹੱਥ ਝਾੜ ਕੇ ਸਾਡੇ ਵਰਗੇ ਤੁਰ ਜਾਂਦੇ। ਆਸਾ ਦੀ ਵਾਰ ਦੇ ਅੰਦਰ ਰਾਗੀ ਸਿੰਘ ਛੱਕੇ ਪੜ੍ਹਦੇ ਹੁੰਦੇ ਆ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਕੋਈ ਗਾਵੈ ਰਾਗੀ ਨਾਦੀ ਢਾਡੀ ਕਵੀਛਰ ਕਥਾ ਵਾਚਕ ਪ੍ਰਚਾਰਕ, ਰੱਬ ਨਹੀਂ ਖੁਸ਼ ਹੁੰਦਾ। ਕਿਉਂ? ਕਹਿੰਦਾ ਉਹਨਾਂ ਅੰਤਰ ਕਪਟ ਵਿਕਾਰ ਹੈ, ਤਿੰਨਾਂ ਰੋਏ ਕਿਆ ਕੀਜੈ। ਸ਼ਬਦ ਬੜੇ ਸਖਤ ਵਰਤੇ ਆ ਵੀ ਜੇ ਦੱਸਣ ਵਾਲਾ ਦੂਜਿਆਂ ਨੂੰ ਤੇ ਦੱਸ ਗਿਆ ਤੇ ਆਪ ਸੱਚ ਧਰਮ ਦੇ ਉੱਤੇ ਚੱਲਿਆ ਨਾ, ਤੇ ਸਵਾਏ ਰੋਣ ਤੋਂ ਸਟੇਜ ਤੇ ਕਰਨ ਕੁਝ ਨਹੀਂ ਡਿਆ। ਸ਼ਬਦ ਬਹੁਤੇ ਸਖਤ ਆ, ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਤੇ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਫਿਰ ਰੱਬ ਨੂੰ ਮਿਲੀਏ ਕਿਵੇਂ? ਤੀਰਥਾਂ ਤੇ ਨਾਤੇ ਦੀ ਤੁਸੀਂ ਨਹੀਂ ਮੰਨਣ ਡੈ, ਗਿਆਨ ਵੰਡਣ ਵਾਲਿਆਂ ਦੀ ਤੁਸੀਂ ਗੱਲ ਨਹੀਂ ਕੀਤੀ, ਅੱਖਾਂ ਬੰਦ ਕਰਕੇ ਸਮਾਧੀਆਂ ਲਾਉਣ ਵਾਲਿਆਂ ਦੀ ਤੁਸੀਂ ਗੱਲ ਨਹੀਂ ਕੀਤੀ, ਫਿਰ ਮੰਨੂ ਕਿੱਦਾਂ ਰੱਬ? ਉਹਨਾਂ ਆਖਿਆ ਸਾਚ ਕਹੂੰ ਸੁਣ ਲੇਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਓ।